ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਚੈਨਲ ਜੁਗਲੂ ਐਜੂਕੇਸ਼ਨ ਵਿੱਚ ਜਿਹੜੀ ਆਪਾਂ ਆਇਲ ਸਾਲੀ ਲੜੀ ਚਲਾਈ ਹੋਈ ਸੀ ਉਹਦੇ ਸੀਜ਼ਨ 2 ਦਾ ਜਤੀਮਾ ਦੇਣਾ ਅੱਜ ਕਹਿ ਲਓ ਸੀਜ਼ਨ 2 ਦਾ ਵੀ ਭੋਗ ਪੈ ਗਿਆ ਪਹਿਲਾ ਸੀਜ਼ਨ 1 ਬਣਾਇਆ ਸੀ ਉਹਨੂੰ ਤੁਸੀਂ ਬੜਾ ਪਿਆਰ ਦਿੱਤਾ ਤੇ ਸੀਜ਼ਨ 2 ਨੂੰ ਵੀ ਤੁਸੀਂ ਸਾਰਿਆਂ ਨੇ ਬੜਾ ਪਿਆਰ ਦਿੱਤਾ ਤੇ ਜੇ ਆਪਾਂ ਸੀਜ਼ਨ 1 ਤੇ ਸੀਜ਼ਨ 2 ਨੂੰ ਚੰਗੀ ਤਰ੍ਹਾਂ ਲਗਾਤਾਰ ਬਿਨਾ ਕੋਈ ਵੀਡੀਓ ਮਿਸ ਕਰੇ ਪਹਿਲੇ ਸੀਜ਼ਨ ਤੋਂ ਸ਼ੁਰੂ ਕਰਕੇ ਪਹਿਲਾ ਸੀਜ਼ਨ ਸਾਰਾ ਦੇਖ ਲਿਆ ਪਹਿਲੇ ਸੀਜ਼ਨ ਦਾ ਭੋਗ ਪਾਤਾ ਦੂਜਾ ਸੀਜ਼ਨ ਸਾਰਾ ਦੇਖ ਲਿਆ ਤੇ ਦੂਜੇ ਦਾ ਭੋਗ ਪਾਤਾ ਤੇ ਉਹਨਾਂ ਨੂੰ ਫੋਲੋ ਕਰਿਆ ਵੀਡੀਓਜ਼ ਨੂੰ ਜਿਵੇਂ ਜਿਵੇਂ ਉਹਦੇ ਚ ਆਪਾਂ ਰਾਹ ਦੱਸੇ ਨੇ ਓਵੇਂ ਓਵੇਂ ਆਪਦੇ ਤੇ ਕੰਮ ਕਰਿਆ ਤਾਂ ਇਹ ਪੱਕੀ ਗੱਲ ਹੈ ਵੀ ਅਸੀਂ ਜਿਹੜੀ ਸਾਡੀ ਮੰਜ਼ਿਲ ਆ ਉਹ ਤੇ ਜ਼ਰੂਰ ਪਹੁੰਚਾਂਗੇ ਉਹ ਤੇ ਮੋਰ ਪੱਕਾ ਹੀ ਲਾ ਦੇਾਂਗੇ ਫੇਰ ਸਾਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਦੇਖੋ ਹੁਣ ਸਾਡੇ ਕੋਲੇ ਸਾਰਾ ਰਾਹ ਕਲੀਅਰ ਹੈ ਠੀਕ ਹੈ ਜੀ ਆ ਸਾਡਾ ਝੰਡਾ ਲੱਗਿਆ ਹੋਇਆ ਮੰਜ਼ਲ ਤੇ ਅਸੀਂ ਇੱਥੇ ਖੜੇ ਆ ਆਪਾਂ ਸਾਰੀਆਂ ਵੀਡੀਓਜ਼ ਦੇਖ ਲਈਆਂ ਗੱਲਾਂ ਸਾਨੂੰ ਕਲੀਅਰ ਨੇ ਕੋਈ ਓਲਾ ਨਹੀਂ ਰਹਾ ਸਾਨੂੰ ਪਤਾ ਵੀ ਆਹ ਰਾਹ ਤੇ ਅਸੀਂ ਤੁਰਨਾ ਤੇ ਇੱਥੇ ਜਾ ਕੇ ਝੰਡਾ ਚੜਾ ਦੇਣਾ ਹੁਣ ਇੱਥੋਂ ਤੱਕ ਆਪਾਂ ਤਾਂ ਹੀ ਪਹੁੰਚਾਂਗੇ ਜੇ ਆਪਾਂ ਲਗਾਤਾਰ ਤੁਰਦੇ ਰਹਾਂਗੇ ਜੇ ਆਪਾਂ 2 ਦਿਨ ਮੋਟੀਵੇਟ ਜੇ ਹੋ ਗਏ ਫਾਰਮ ਜੀ ਜਾ ਕੇ ਕਹਿ ਲੋ ਫੂਕ ਜੀ ਜਾ ਕੇ ਹਨਾ 2 ਦਿਨ ਆਪਾਂ ਪੂਰੇ ਭੱਜੇ ਇੱਥੋਂ ਤੱਕ ਜਾ ਕੇ ਇੱਥੇ ਖੜ ਗਏ ਫੇਰ ਆਪਾਂ ਮੰਜ਼ਿਲ ਤੱਕ ਨਹੀਂ ਪਹੁੰਚਣਾ ਸਭ ਤੋਂ ਵੱਡੀ ਤੇ ਜ਼ਰੂਰੀ ਗੱਲ ਹੈ ਵੀ ਅਸੀਂ ਪ੍ਰੈਕਟਿਸ ਹਨਾ ਜਾਂ ਕਹਿ ਲੋ ਮਿਹਨਤ ਜੇ ਲਗਾਤਾਰ ਕਰਾਂਗੇ ਬਿਨਾਂ ਰੁਕੇ ਚਾਹੇ ਆਪਾਂ ਥੋੜੀ ਥੋੜੀ ਕਰ ਰਹੇ ਆ ਬਿਨਾਂ ਰੁਕੇ ਕਰ ਰਹੇ ਆ ਨਾ ਤਾਪਾਈਥੋ ਤੱਕ ਪਹੁੰਚਾਂਗੇ ਜ਼ਰੂਰ ਹੋ ਸਕਦਾ ਜੇ ਕੋਈ 1 ਮਹੀਨੇ ਚ ਪਹੁੰਚਦਾ ਸਾਨੂੰ 2 ਲੱਗ ਜਾਣ ਸਾਨੂੰ 3 ਲੱਗ ਜਾਣ ਪਰ ਇਹ ਤਾਂ ਨਹੀਂ ਹੋ ਸਕਦਾ ਵੀ ਅਸੀਂ ਇੱਥੇ ਜਾ ਕੇ ਝੰਡਾ ਨਾ ਚੜਾਈਏ ਝੰਡਾ ਜ਼ਰੂਰ ਚੜਾਵਾਂਗੇ ਆਪਾਂ ਸਾਨੂੰ ਪਤਾ ਹੈਗਾ ਸਾਰਾ ਰਾਹ ਅਸੀਂ ਸਾਰੀਆਂ ਵੀਡੀਓਜ਼ ਦੇਖ ਲਈਆਂ ਉਹਦੇ ਵਿੱਚੋਂ ਸਾਨੂੰ ਸਾਰੀ ਕਹਾਣੀ ਚੰਗੀ ਤਰ੍ਹਾਂ ਸਮਝ ਆ ਗਈ ਵੀ ਇੱਥੋਂ ਤੱਕ ਕਿਵੇਂ ਪਹੁੰਚਣਾ ਤੇ ਇਹ ਸਾਰੀਆਂ ਵੀਡੀਓਜ਼ ਆਪਣੀਆਂ ਪਲੇਲਿਸਟ ਚ ਪਈਆਂ ਨੇ ਜਦੋਂ ਆਪਾਂ YouTube ਤੇ ਚੈਨਲ ਖੋਲਦੇ ਹਣਾ ਉੱਥੇ ਦੇਖੋ ਹੋਮ ਵੀਡੀਓਜ਼ ਫਿਰ ਪਲੇਲਿਸਟ ਪਲੇਲਿਸਟ ਖੋਲੋ ਆਇਲਸ ਸੀਜ਼ਨ 1 ਆਇਲਸ ਸੀਜ਼ਨ 2 ਉਹ ਇਹ ਸਾਰੀਆਂ ਵੀਡੀਓਜ਼ ਦੇਖ ਲਓ ਲਗਾਤਾਰ ਸੀਜ਼ਨ 1 ਦੇ ਡੇ 1 ਤੋਂ ਸ਼ੁਰੂ ਕਰਿਓ ਤੇ ਅੱਗੇ-ਅੱਗੇ ਵਧੀ ਚੱਲਿਓ ਉਸ ਤੋਂ ਬਾਅਦ ਸੀਜ਼ਨ 2 ਕਰ ਲਿਓ ਤੇ ਤੁਹਾਡੇ ਮਨ ਚ ਜਿੰਨੇ ਵੀ ਸਵਾਲ ਆ ਉਹ ਸਾਰੇ ਕਲੀਅਰ ਹੋ ਜਾਣਗੇ ਐਂ ਕਹਿਣੋ ਵੀ ਇਹ ਜਿਹੜਾ ਰਾਹ ਏ ਅਸੀਂ ਇੱਥੇ ਖੜੇ ਆ ਤੇ ਇਹ ਜਿਹੜਾ ਰਾਹ ਏ ਸਾਡੀ ਮੰਜ਼ਿਲ ਤੱਕ ਦਾ ਉਹ ਸਾਨੂੰ ਪਤਾ ਲੱਗ ਜਾ ਉਹ ਤੋਂ ਬਾਅਦ ਤੁਰਨਾ ਅਸੀਂ ਆਪ ਆ ਮਿਹਨਤ ਅਸੀਂ ਆਪ ਕਰਨੀ ਆ ਲਗਾਤਾਰ ਪ੍ਰੈਕਟਿਸ ਅਸੀਂ ਆਪ ਕਰਨੀ ਆ ਤੇ ਅਗਲੀ ਜ਼ਰੂਰੀ ਗੱਲ ਇਹ ਆ ਵੀ ਕੋਈ ਕੰਮ ਔਖਾ ਨਹੀਂ ਹੁੰਦਾ ਅਸੀਂ ਡਰਨਾ ਨਹੀਂ ਨਾ ਅਸੀਂ ਹੌਂਸਲਾ ਛੱਡਣਾ ਅਸੀਂ ਬਸ ਲਗਾਤਾਰ ਲੱਗੇ ਰਹਿਣਾ ਕਿਉਂਕਿ ਬੂੰਦ ਬੂੰਦ ਕਰਕੇ ਹੀ ਤਲਾਬ ਭਰ ਜਾਣਾ ਜਿਹੜੀ ਪਹਿਲੀ ਬੂੰਦ ਹੁੰਦੀ ਹੈ ਜੇ ਅਸੀਂ ਉਹਨੂੰ ਸੋਚ ਕੇ ਐਂ ਸੋਚੀ ਜਾਵਾਂਗੇ ਵੀ ਹਜੇ ਤਾਂ ਮੈਂ ਇੰਨਾ ਕੀ ਕਰਿਆ ਤਲਾਬ ਕਦੋਂ ਬਣਿਆ ਉਹਦੀ ਪਰਵਾਹ ਨਹੀਂ ਕਰਨੀ ਸਾਡਾ ਕੰਮ ਆ ਉਹਦੇ 'ਚ ਬੂੰਦਾਂ ਪਾਉਣੀਆਂ ਲਗਾਤਾਰ ਲੱਗੇ ਰਹੀਏ ਬੂੰਦ ਬੂੰਦ ਪਾਈ ਚੱਲੀਏ ਤੇ ਜਦੋਂ ਫਿਰ ਪਿੱਛੇ ਮੁੜ ਕੇ ਦੇਖਾਂਗੇ ਨਾ 15 20 ਦਿਨਾਂ ਬਾਅਦ ਸਾਨੂੰ ਪਤਾ ਲੱਗੂ ਵੀ ਉਹ ਦੇਖ ਕਿੰਨੀਆਂ ਬੂੰਦਾਂ ਇਕੱਠੀਆਂ ਕਰ ਲੀਆਂ ਤੇ ਤਲਾਬ ਬਣਨ ਵਾਲਾ ਹੈ ਫੇਰ ਆਪਾਂ ਹੌਸਲੇ 'ਚ ਆਪ ਹੀ ਆ ਜਾਾਂਗੇ। ਇਸ ਕਰਕੇ ਚੜਦੀ ਕਲਾ 'ਚ ਰਹਿਣਾ ਤੇ ਬਸ ਤੁਰਦੇ ਰਹਿਣਾ, ਤੁਰਦੇ ਰਹਿਣਾ। ਆਪਦੇ ਤੇ ਬੋਝ ਕੋਈ ਨਹੀਂ ਪਾਉਣਾ। ਬਸ ਐਂ ਕਹਿ ਲਓ ਵੀ ਕੱਛੂ ਬਣ ਕੇ ਚੱਲਣਾ। ਹੌਲੀ-ਹੌਲੀ ਇਹ ਨਹੀਂ ਹੈਗਾ ਵੀ ਖਰਗੋਸ਼ ਵਾਂਗੂੰ ਅੱਜ ਆਹ ਤਿੰਨ ਟੌਪਿਕਸ ਵੜਕਾ ਤੇ ਤਿੰਨੇ ਇਕੱਠੇ ਕਰ ਲਏ ਅੱਜ ਪੂਰੀ ਫਾਰਮ ਚਾ ਵੀ ਆ ਹਾਈਲਾਈਟਸ ਜਿਹਦਾ ਤਾਂ ਮੈਂ ਪੜਾਕੇ ਪਾ ਦੂੰ ਇਹਦੇ ਤਾਂ ਤਿੰਨ ਕਰ ਲੇ ਇਕੱਠੇ ਵੀ ਮੈਂ ਤਾਂ 2-3 ਦਿਨਾਂ ਦੀ ਅੰਗਰੇਜ਼ੀ ਸਿੱਖ ਲਵਾਂ 2 ਦਿਨਾਂ ਦਿਨਾਂ ਦੀ ਆਈਲੈਂਡਸ ਕਰ ਲਵਾਂ ਤਿੰਨ ਟੌਪਿਕ ਜੇ ਕਰਕੇ ਬਹਿ ਗਏ ਅਗਲੇ ਦਿਨ ਮਨ ਹੀ ਨਹੀਂ ਬਣਿਆ ਉਦੋਂ ਅਗਲੇ ਦਿਨ ਫੇਰ ਮਨ ਜਾਨੀ ਕੀਤਾ ਕਿਉਂਕਿ ਪੈਟਰੋਲ ਤਾਂ ਸਾਰਾ ਇੱਥੇ ਫੂਕਦਾ ਉਦੋਂ ਗਾਹਾਂ ਹੁਣ ਗੱਡੀ ਕਿਵੇਂ ਤੁਰੂਗੀ ਜੇ ਆਹ ਇੱਕ ਡੱਬਾ ਹੀ ਕਰਿਆ ਹੁੰਦਾ ਖਰਗੋਸ਼ ਵਾਂਗੂ ਅਗਲੇ ਦਿਨ ਵੀ ਇੱਕ ਕਰਦੇ ਅਗਲੇ ਦਿਨ ਵੀ ਇੱਕ ਕਰਦੇ ਸਾਨੂੰ ਨਜ਼ਾਰਾ ਵੀ ਆਉਂਦਾ ਤੇ ਬਿਨਾਂ ਰੁਕੇ ਜੇ ਆਪਾਂ ਚੱਲਦੇ ਇਹ ਨਹੀਂ ਵੀ ਤਿੰਨ ਚਾਰ ਡੱਪੇ ਮਾਰ ਕੇ ਖਰਗੋਸ਼ ਵਾਂਗੂ ਫਿਰ ਬਹਿ ਗਏ ਫਿਰ ਪੱਲੇ ਨਹੀਂ ਪਹਿਣਾ ਉਹ ਜਿੱਤ ਕਛੂ ਦੀ ਹੋਈ ਸੀ ਇਸ ਕਰਕੇ ਆਪਾਂ ਕਛੂ ਵਾਂਗੂ ਹੌਲੀ ਹੌਲੀ ਤੁਰਦੇ ਚੱਲਾਂਗੇ ਤੇ ਜਦੋਂ ਫਿਰ ਪਿੱਛੇ ਮੁੜ ਕੇ ਦੇਖਾਂਗੇ ਵੀ ਅਸੀਂ ਇੰਨੀ ਵਾਟ ਲੰਘਿਆ ਏ ਅਸੀਂ ਐਨਾ ਕੁਝ ਸਿੱਖ ਲਿਆ ਇਸ ਕਰਕੇ ਦੋ ਤਿੰਨ ਦੇਣੀ ਬਾਲੇ ਛੜੱਪੇ ਜੇ ਮਾਰਨ ਨਾਲੋਂ ਚੰਗਾ ਵੀ ਸੀ ਕੱਛੂ ਵਾਂਗੂ ਥੋੜੇ ਥੋੜੇ ਕਦਮ ਪੱਟਿਏ ਤੇ ਆਪਦੀ ਮੰਜ਼ਿਲ ਤੱਕ ਪਹੁੰਚ ਜਾਈਏ ਲਗਾਤਾਰ ਪ੍ਰੈਕਟਿਸ ਤੇ ਮਿਹਨਤ ਕਰਕੇ ਹੁਣ ਮੇਨ ਵੱਡੀ ਗੱਲ ਇਹ ਹੁੰਦੀ ਆ ਵੀ ਸਾਨੂੰ ਰਾਹ ਕਲੀਅਰ ਹੋਣਾ ਚਾਹੀਦਾ ਸਾਨੂੰ ਉਹਦੇ ਚ ਚੀਜ਼ਾਂ ਕਲੀਅਰ ਹੋਣੀਆਂ ਚਾਹੀਦੀਆਂ ਤੇ ਉਹ ਆਪਾਂ ਪੂਰੀ ਕੋਸ਼ਿਸ਼ ਕੀਤੀ ਆ ਵੀ ਆਪਣੇ ਸੀਜ਼ਨ 1 ਤੇ ਸੀਜ਼ਨ 2 ਚ ਸਾਰੀਆਂ ਕਵਰ ਕਰਕੇ ਕਲੀਅਰ ਕਰਕੇ ਕਿਤਾਬ ਖੋਲ੍ਹ ਕੇ ਛੋਡੇ ਅੱਗੇ ਰੱਖ ਦਈਏ ਵੀ ਆ ਚੱਕੋ ਆ ਚੀਜ਼ ਆਏ ਆ ਤੇ ਆ ਆਏ ਆ ਜੇ ਫੇਰ ਵੀ ਤੁਹਾਡੇ ਮਨ 'ਚ ਕੋਈ ਸਵਾਲ ਜਾਂ ਕੋਈ ਡਾਊਟ ਕੋਈ ਵੀ ਕਨਫਿਊਜ਼ਨ ਤੁਹਾਡੇ ਮਨ 'ਚ ਰਹਿ ਜਾਂਦੀ ਆ ਤਾਂ ਉਹ ਕਮੈਂਟ ਕਰਕੇ ਪੁੱਛ ਲਿਆ ਕਰੋ ਚਾਹੇ ਵੀਡੀਓ ਦੇ ਥੱਲੇ ਹੀ ਕਰ ਲਿਓ ਆਪਾਂ ਉਹਦਾ ਵੀ ਹੱਲ ਲੱਭ ਦਾਂਗੇ ਤੇ ਅਖੀਰ ਤੇ ਤੁਹਾਡਾ ਸਾਰਿਆਂ ਦਾ ਸੀਜ਼ਨ 1 ਤੇ ਸੀਜ਼ਨ 2 ਨੂੰ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਜੇਕਰ ਸਾਡੇ ਵੱਲੋਂ ਕੋਈ ਭੁੱਲ ਚੁੱਕ ਰਹਿ ਗਈ ਹੋਵੇ ਉਹਦੇ ਲਈ ਵੀ ਮਾਫੀ ਚਾਉਣੀ ਆ ਤੇ ਇਸੇ ਤਰ੍ਹਾਂ ਹੀ ਵੀਡੀਓਜ਼ ਨੂੰ ਪਿਆਰ ਕਰਦੇ ਰਹੋ ਕਿਉਂਕਿ ਤੁਹਾਡੀ ਸਪੋਰਟ ਨਾਲ ਹੌਂਸਲਾ ਵੱਧ ਜਾਂਦਾ ਵੀ ਵੱਧ ਤੋਂ ਵੱਧ ਵੀਡੀਓਜ਼ ਲੈ ਕੇ ਆਈਏ ਇੱਕ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਜਦੋਂ ਵੀ ਅਗਲੀ ਵੀਡੀਓ ਆਊਗੀ ਤੁਹਾਨੂੰ ਨੋਟੀਫਿਕੇਸ਼ਨ ਆਜੂ ਤੁਹਾਨੂੰ ਪਤਾ ਲੱਗ ਜੂ ਤੇ ਤੁਸੀਂ ਖੋਲ ਕੇ ਦੇਖ ਲਓਗੇ ਅਗਲੀ ਵੀਡੀਓ ਲੈ ਕੇ ਜਲਦੀ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ